ਤਾਂ ਸਤਿ ਸ੍ਰੀ ਅਕਾਲ ਦੋਸਤੋ, ਮੈਂ ਹੂੰ ਜੋਬਨ। ਆਪ ਦੇਖ ਰਹੇ ਹੈ ਜੋਬਨ ਗੇਮਿੰਗ। ਚਲੋ ਸਟਾਰਟ ਕਰਦੇ ਹਾਂ ਅੱਜ ਕੀ ਵੀਡੀਓ। ਅੱਜ ਹਮ ਖੇਲਨੇ ਵਾਲੇ ਹੈ ਕਾਲ ਆਫ ਡਿਊਟੀ। ਚਲਤੇ ਹੈਂ, ਚਲੋ ਫਿਰ ਖੇਡਦੇ ਹਾਂ ਮੁੰਡਿਓ। ਚਲਦੇ ਹਾਂ ਫਿਰ। ਚਲਦੇ ਹਾਂ ਫਿਰ, ਇਹ ਚੱਲਦੀ ਆਪਣੀ ਵੀਡੀਓ। ਦੋਸਤੋ ਗੇਮ ਸ਼ੁਰੂ ਹੋ ਗਈ। ਤਾਂ ਫਿਰ ਇਹ ਗੇਮ ਹੈ ਜਿਹੜੀ ਮੈਨੂੰ ਭੋਰਾ ਖੇਡਣੀ ਨਹੀਂ ਆਉਂਦੀ। ਅੱਜ ਦਾ ਲਾਈਕ ਹੈ ਮੈਂ 6000 ਲਾਈਕ। ਮੈਨੂੰ ਪਤਾ ਹੈ ਤੁਸੀਂ ਜ਼ਰੂਰ ਕਰ ਦੋਗੇ। ਠੀਕ ਹੈ ਫਿਰ, ਕੁਛ ਨਹੀਂ ਲੱਗਿਆ। ਅੱਜ ਆਪਾਂ ਵੈਟਰ ਰੋਇਲ ਖੇਡਾਂਗੇ। ਚਲੋ ਜੀ ਫਿਰ ਖੇਡਦੇ ਹਾਂ। ਕਿਉਂ ਬਿੱਲਾ ਤੂੰ ਮੇਰਾ ਤਾਂ ਮੂੰਹ ਮੱਚ ਗਿਆ, ਕਹਿੰਦੀ ਹੈ ਕਿ ਆਲੂ ਅੱਗੇ ਜਿਵੇਂ ਕਿ ਕੀ ਫੋੜਾ ਫੁੱਟਿਆ ਹੋ ਗਿਆ ਨਾ। ਦੱਸ ਫੋੜਾ ਫਿੱਟਿਆ ਹੁੰਦਾ ਐ ਲੈ ਕੇ ਜਾਂਦੀ ਹੈਗੀ ਅੱਗ ਵਰ ਦਾ ਪਾ ਬੰਕ ਲੱਗਾ। ਕਿਉਂ ਉੱਥੇ ਪਾਣੀ ਦਿੱਤਾ ਪਾਉਂਦੇ ਸੀ ਲਿਆ ਤਾਂ ਬਾਲਟੀ ਤਾਂ ਕਿੰਨੀ ਹੋਣੀ ਪਈ। ਚਲ ਚਲੋ ਜੀ ਫਿਰ ਆਪਣੀ ਗੇਮ ਸਟਾਰਟ ਹੋ ਗਈ। ਚੱਲਦੇ ਹਾਂ ਫਿਰ ਆਪਾਂ। ਮੂਡਿੰਗ ਹੋ ਜਾਂਦੀ ਹੈ ਥੋੜੀ ਜੀ। ਚਲੋ ਜੀ ਫਿਰ ਚੈਪਟਰ ਕੱਢੀ ਬੈਠੀ ਸੀ, ਉਹਦੇ ਵਿੱਚ ਚਿੜੀਆਂ ਦਿਖਾਈਆਂ ਪਈਆਂ ਸੀ। ਇੱਥੇ ਕੁੱਟੀ ਜਾਂਦੀ ਸੀ ਇੱਕ ਬੈਠੀ ਜੀ। ਹਾਂ ਫਿਰ ਐਂਟੀ ਵੀ ਇੱਥੋਂ ਦੇਖ ਲਾ, ਦੇਖ ਲਾ ਬਰਡ ਜਲ। ਆਪਾਂ ਲੌਬੀ ਚ ਆ ਗਏ ਫਿਰ। ਮੈਂ ਫ੍ਰੀ ਫਾਇਰ ਖੇਡਦਾ ਸੀਗਾ, ਮੈਨੂੰ ਜ਼ਿਆਦਾ ਇਹਦੇ ਬਾਰੇ ਪਤਾ ਨਹੀਂ ਗਾ। ਫ੍ਰੀ ਫਾਇਰ ਵੰਗੀ ਲੱਗਦੀ ਹੈ ਮੈਨੂੰ ਤਾਂ ਜੀ। ਮਤਲਬ ਇਹ ਹੋ ਗਈ ਆਏ ਆਪਣੇ। ਚਲੋ ਜੀ ਫਿਰ ਸਟਾਰਟ ਹੋ ਗਈ ਆਪਣੀ ਗੇਮ। ਚਲੋ ਮੈਨੂੰ ਜੀ ਐਂ ਲੱਗਦਾ ਵੀ ਲਓ ਜੀ ਫਿਰ ਆਪਾਂ ਆਪਣੇ ਮੈਪ 'ਚ ਆ ਗਏ ਜਹਾਜ਼ 'ਚ। ਇਹ ਆਪਣੇ ਕਰੈਕਟਰਸ ਬੰਦੇ। ਚਲੋ ਫਿਰ ਆਪਾਂ ਛਾਲ ਮਾਰਦੇ ਹਾਂ ਇੱਥੇ। ਚਲੋ ਜੀ ਮੈਨੂੰ ਭੋਰਾ ਨਹੀਂ ਖੇਡਣੀ ਆਉਂਦੀ ਜੀ। ਮੈਨੂੰ ਲੱਗਦਾ ਗਾ ਵੀ ਮੁੰਡਿਓ ਫਿਰ ਵੀ ਇਹਦਾ ਅੱਜ ਕੱਲ੍ਹ ਬਾਹਲਾ ਕਾਲ ਆਫ ਡਿਊਟੀ ਕਰੀ ਜਾਂਦੇ ਸੀ ਵੀ ਕਾਲ ਆਫ ਡਿਊਟੀ ਦੀ ਵੀਡੀਓ ਪਾਓ। ਤਾਂ ਫਿਰ ਅੱਜ ਕਾਲ ਆਫ ਡਿਊਟੀ ਦੀ ਵੀਡੀਓ ਪਾਉਣੀ ਆ। ਟਰਾਲੀ ਚਿੱਤਰ ਰੇੜੇ 'ਚ ਲੱਕੜ ਦਾ ਰੇੜਾ। ਲਓ ਆਪਾਂ ਨੂੰ ਗੰਨ ਮਿਲ ਗਈ, ਮੈਡੀਕਿਟ। ਇਹ ਮੈਨੂੰ ਕਮੈਂਟਾਂ 'ਚ ਦੱਸਿਓ ਵੀ ਮੈਡੀਕਿਟ ਕਿੱਥੋਂ ਲੱਗਦੀ ਹੈ, ਮਤਲਬ ਕਿਹੜਾ ਇੱਕਣ ਹੁੰਦਾ ਜੀ ਤੋਂ ਮੈਡੀਕਿਟ ਲੱਗਦੀ ਹੈ। ਚਲੋ ਆਪਾਂ ਨੂੰ ਗੰਨਾਂ ਮਿਲ ਗਈਆਂ, ਵੈਸਟ ਵੀ ਮਿਲ ਗਈ ਆਪਾਂ ਨੂੰ ਇੱਕ ਵਧੀਆ ਜੀ। ਇਹ ਚੱਲ ਪਾ ਉੱਥੇ ਵੀ ਝੋਪੜੀ ਹੈ। ਝੋਪੜੀ ਇਹ ਟਰਾਂਸਪੋਰਟ ਟਰੈਕਟਰ ਖੜਾ, ਪਰ ਇਹ ਟਰੈਕਟਰ ਨੂੰ ਆਪਾਂ ਚਲਾ ਨਹੀਂ ਸਕਦੇ। ਆਪਣੀ ਜਾਣਾ ਤੇ ਆਟੋ ਮੋਡ ਲਾ ਲਿਆ। ਮੈਂ ਤੈਨੂੰ ਪੜ੍ਹਨਾ ਆਵੇ ਫਿਰ ਪਤਾ ਲੱਗੇ ਕਿੱਥੇ ਆ। ਲੋ ਜੀ
ਮੈਂ ਤਾਂ ਕਿਹੜਾ ਇੱਥੇ ਕੋਈ ਆਪਣੀ ਟਰਾਂਸਪੋਰਟ ਮਿਲ ਜੇ ਬਾਈਕ ਖੜੀ ਤੇ ਬਾਈਕ ਉਹ ਟਰੱਕ ਖੜਾ ਤਾਰੇ ਸਾਹ ਨਾਲ ਲੈ ਨਹੀਂ ਸਕਦੇ ਹਨਾ ਪਹਿਲਾਂ ਆਪਾਂ ਬਾਈਕ ਚੱਕਦੇ ਹਾਂ ਟਰੱਕ ਦੇਖਦੇ ਆਪਾਂ ਟਰੱਕ ਨੂੰ ਲੈ ਸਕਦੇ ਹਾਂ ਆਪਣੇ ਕੋਲ ਦੋ ਗੰਨਾਂ ਨੇ ਜੀ ਆਪਾਂ ਦੋ ਗੰਨਾਂ ਨਾਲ ਸਾਰ ਲਾਂਗੇ ਆਪਣੀ ਬਾਈਕ ਹੈ ਤਾਂ ਆਪਣੀ ਦੂਜੀ ਬਾਈਕ ਲੈਣੇ ਚਲੋ ਮੁੰਡੇ ਫਿਰ ਜਾਂਦੇ ਆਪਾਂ ਆਪਣੇ ਨਿਸ਼ਾਨ ਤੇ ਜੂਨ ਥੋੜਾ ਜਿਹਾ ਲੇਟ ਆਊਗਾ ਤੇ ਜਿੱਥੇ ਆਪਾਂ ਖੜੇ ਸੀ ਉੱਥੇ ਥੋੜਾ ਜਿਹਾ ਛੇਤੀ ਆਊ ਕੀ ਹੋ ਗਿਆ ਨਾੜੀ ਘੱਟ ਦੱਸ ਦਿਓ ਡਰਾਈਵਰ ਆਪਾਂ ਨੂੰ ਉੱਥੋਂ ਆਪਣੀ ਪੁਰਾਣੀ ਬਾਈਕ ਹੀ ਲੈ ਕੇ ਆਉਣੀ ਸੀ ਜਿਹੜਾ ਆਪਣਾ ਪਹਿਲਾਂ ਸਹਾਰਾ ਸੀ ਚੱਲ ਹਾਂ ਕੀ ਇਹ ਤਾਂ ਤੂੰ ਲਾਈ ਪਈ ਆ ਕਿਵੇਂ ਲਾਈ ਪਈ ਆ ਲਓ ਜੀ ਫਿਰ ਆਪਾਂ
ਇੱਥੇ ਫਾਇਰਿੰਗ ਹੋਣ ਲੱਗ ਗਈ ਆਪਾਂ ਭੱਜਦੇ ਹਾਂ ਪੈਂਗੂਇਨ ਪੈਂਗੂਇਨ ਹੋਗਾ ਹੈ ਉਧਰ ਮੜਾ ਗਈ ਕੁੜੀ ਦਾ ਸਾਡੀ ਦਾ ਕੰਮ ਸੀ ਉਹ ਦੱਸਿਆ ਸੀ ਹੈ ਓਏ ਉਹੀ ਹੁੰਦੇ ਆ ਪੈਂਗੂ ਤਾਂ ਬਰਫ ਚ ਚਲੋ ਫਿਰ ਮੁੰਡੇ ਆਪਣਾ ਬਾਈ ਕੱਢ ਕੀ ਸੀ ਮੜੀ ਜੀ ਤੇ ਚੱਲਦੇ ਆ ਰਾ ਪਰ ਚੰਮ ਚਲੋ ਜੀ ਇੱਧਰ ਮੇਰੀ ਸਿਸਟਰ ਸੀ ਉਹਦਾ ਕੰਮ ਸੀ ਥੋੜਾ ਜਿਹਾ ਉਹ ਦੱਸਦਾ ਸੀ ਮਿਲਟਰੀ ਬੇਸ ਲੱਗਦਾ ਜੀ ਮੈਨੂੰ ਤਾਂ ਪਬਜੀ ਚ ਹੁੰਦੇ ਜਿਹੜਾ ਕੀ ਦਿੱਤਾ ਉਹਨਾਂ ਨੇ ਮੈਚ ਕਿੱਥੇ ਅੜ ਗਈ ਆਪਣੀ ਬਾਈਕ ਇੱਥੇ ਆਪਣੇ ਫਰੈਂਡਸ ਹੈ ਉਹਨਾਂ ਨੂੰ ਲੈ ਕੇ ਚੱਲੀਏ ਫਿਰ ਜੀ ਇੱਕ ਨੂੰ ਲੈ ਜਾਂਦੇ ਹਾਂ ਮਤਲਬ ਜਿਵੇਂ ਉਹ ਐਨੀਮੀ ਸੀ ਜਿਹੜਾ ਆਪਣਾ ਜਿਹਦੇ ਵਿੱਚ ਬਾਈਕ ਮਾਰ ਕੇ ਲੰਘੇ ਸੀ ਆਪਾਂ ਮਤਲਬ ਉਹਦੇ ਵਰਗਾ ਨੂੰ ਇਹ ਸੰਭਾਲ ਲਿਆ ਕਰੂ ਪਿੱਛੋਂ ਦੀ ਮਤਲਬ ਤੁਸੀਂ ਦੇਖਿਆ ਹੀ ਹੋਣਾ ਸਾਰੇ ਡਰਾਈਵ ਦੇ ਇੱਕ ਨੂੰ ਛੱਡ ਕੇ ਹੋਰ ਨੂੰ ਮਿਲਟਰੀ ਬੇਸ ਲੱਗਿਆ ਕਿੱਥੇ ਫਸ ਗਈ ਆਪਾਂ ਆਪਣਾ ਨੀ ਟੱਪਦਾ ਜੀ ਹੁਣ ਇਹ ਆਪਾਂ ਨੂੰ ਛੱਡਣਾ ਪਊਗੇ ਕਿੱਥੇ ਅੜ ਗਏ ਆਪਾਂ ਆਪਣੇ ਦੋਸਤ ਆ ਰਹੇ ਨੇ ਆਪਾਂ ਨੂੰ ਲੈਣ ਵਾਸਤੇ ਚਲੋ ਜੀ ਫਿਰ ਆਪਾਂ ਜਾਂਦੇ ਹਾਂ ਆਪਣੇ ਦੋਸਤਾਂ ਕੋਲ ਜਿਹੜੇ ਆਪਾਂ ਨੂੰ ਲੈਣ ਵਾਸਤੇ ਖੜੇ ਨੇ ਉਹਦਾ ਕੰਮ ਰਹਿੰਦਾ ਜੀ ਥੋੜਾ ਜਿਹਾ ਮੈਨੂੰ ਵੀਡੀਓ ਰੋਕਣੀ ਪੈ ਜਾਂਦੀ ਹੈ ਮੈਂ ਤਾਂ ਬਿਗ ਬ੍ਰਦਰ ਹੈ ਤਾਂ ਫਿਰ ਮੇਰੀ ਮੰਮਾ ਕਹਿ ਦਿੰਦੇ ਨੇ ਵੀ ਦੱਸ ਦੇ ਉਹ ਖੜੇ ਆਪਣੇ ਦੋਸਤ ਜਰਮਨ ਮੈਂ ਤੁਹਾਡਾ ਦੋਸਤ ਹਾਂ ਭਰਾਵੋ ਗੋਲੀਆਂ ਮਾਰੀ ਜਾਂਦੀਆਂ ਜਿਹਦੇ ਕਾਰਬਨ ਆਕਸਾਈਡ ਇਹਨਾਂ ਦੇ ਵਿੱਚ ਇੱਕ ਵੀ ਡਰਾਈਵ ਨਹੀਂ ਕਰਦਾ ਸਾਰੇ ਮਿਲਟਰੀ ਬੇਸ 'ਚ ਆਏ ਹੋਏ ਨੇ ਮੇਰੇ ਮਾਈ ਬਾਈਕ ਹੈ ਮੇਰੀ ਬਾਈਕ ਹੈ ਚੱਕੀ ਨਾ ਦੇਖ ਲਾ ਇਹ ਆਪਣੀ ਬਾਈਕ ਨਹੀਂ ਲੱਗਦੀ ਇਹ ਮੇਰੇ ਫਰੈਂਡਸ ਲੈ ਕੇ ਆਏ ਹੋਣਗੇ ਇੱਥੇ ਆਪਾਂ ਆਪਦੇ ਫਰੈਂਡ ਕੋਲ ਜਾਂਦੇ ਹਾਂ ਮੇਰਾ ਫਰੈਂਡ ਤਾਂ ਬਹੁਤ ਨਿਕੰਮਾ ਕੱਲਾ ਲੈ ਗਿਆ ਦੇਖੀ ਚਾਰ ਨੰਬਰ ਤੇ ਮੈਂ ਰਹਿ ਗਈ ਇੱਥੇ ਚਾਰ ਖੜ ਜਾ ਬਾਈ ਖੜ ਜਾ ਖੜ ਗਿਆ ਇੰਟਰਵਿਊ ਰਹਿਣ ਦੇ ਮੈਨੂੰ ਇਹ ਵੀ ਮੈਨੂੰ ਛੱਡ ਗਿਆ
ਮੈਂ ਵੀ ਕਿਹਾ ਕੀ ਹੋ ਗਿਆ ਚਲੋ ਭਾਈ ਤੇ ਫਿਰ ਇੱਕ ਚਲਾ ਲਓ ਭਾਈ ਨਿਕਲ ਲੈਂਦੇ ਆ ਉਹ ਉਹ ਆ ਗਿਆ ਇਹ ਚਲੋ